ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਸਭ ਤੋਂ ਆਧਾਰ ਜਿਹੜਾ ਪੰਜਾਬ ਦਾ ਹੈਗਾ ਉਹ ਸਿੱਖੀ ਹੈਗਾ, ਸਿੱਖੀ ਸਾਇਕੀ ਹੈਗੀ ਹੈ। ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ, ਜਿਹੜੀਆਂ ਕਿਤਾਬਾਂ ਬੱਚਿਆਂ ਨੂੰ ਪੜ੍ਹਾਈਆਂ ਜਾ ਰਹੀਆਂ ਨੇ ਉਹਨਾਂ ਕਿਤਾਬਾਂ ਦੇ ਵਿੱਚ ਜਿਹੜਾ ਇਤਿਹਾਸ ਪੜ੍ਹਾਇਆ ਜਾ ਰਿਹਾ ਉਹਦੇ ਵਿੱਚ ਸਾਫ਼ ਤੌਰ 'ਤੇ ਸਿੱਖਾਂ ਦੇ ਇਤਿਹਾਸ ਨੂੰ ਇਸ ਤਰੀਕੇ ਨਾਲ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ, ਜਿਹਨੂੰ ਲੈ ਕੇ ਵੱਡੇ ਸ਼ੰਕੇ। ਉੱਥੇ ਜਾ ਕੇ ਭਾਜਪਾ ਦੇ ਵੱਡੇ ਆਗੂ ਪਹੁੰਚ ਰਹੇ ਨੇ, ਹੋਰ ਵੀ ਸਿਆਸਤਦਾਰ ਪਹੁੰਚ ਰਹੇ ਨੇ, ਤਸਵੀਰਾਂ ਮੀਡੀਆ 'ਚ ਵੀ ਆ ਰਹੀਆਂ, ਪਰ ਉਹ ਮਸਲਾ ਲੋਕਾਂ ਦਾ ਕਿੰਨੇ ਪਿੰਡਾਂ ਦਾ ਮਸਲਾ ਹੈਗਾ ਉੱਧਰ ਕੋਈ ਧਿਆਨ ਨਹੀਂ ਹੈਗਾ। ਨਜਾਇਜ਼ ਕਬਜ਼ਾ ਹੋ ਰਿਹਾ, ਦਰਿਆ ਦਾ ਕੁਦਰਤੀ ਵਹਾਅ ਬਦਲਿਆ ਜਾ ਰਿਹਾ। ਹਾਂ, ਇੱਕ ਧਰਮਵੀਰ ਗਾਂਧੀ ਹੈ ਜਿਹਨੇ ਕਿ ਉਸ ਟਾਈਮ ਦੇ ਉੱਤੇ ਇਹ ਇਸ਼ੂ ਜਿਹੜਾ ਪਾਰਲੀਮੈਂਟ ਵਿੱਚ ਚੁੱਕਿਆ ਸੀ, ਆ ਡੇਰੇ ਵੱਲੋਂ ਜਿਹੜੀਆਂ ਜ਼ਮੀਨਾਂ ਲੋਕਾਂ ਦੀਆਂ ਜ਼ਬਰਦਸਤੀ ਕਬਜ਼ਾਈਆਂ ਜਾ ਰਹੀਆਂ ਨੇ ਔਰ ਦਰਿਆ ਦਾ ਕੁਦਰਤੀ ਵਹਾਅ ਬਦਲਿਆ ਜਾ ਰਿਹਾ, 3-4 ਪਿੰਡ ਉਜਾੜ ਦਿੱਤੇ ਨੇ। ਜੇ ਇਸ ਵਾਰੀ ਕਿਤੇ ਫਲੱਡ ਆ ਗਿਆ ਤਾਂ ਫਿਰ ਤੁਸੀਂ ਇਹ ਵੇਖਣਾ ਕਿ ਜਿਹੜੇ ਇਹ 3-4 ਪਿੰਡ ਨੇ ਤਾਂ ਬਿਲਕੁਲ ਨਹੀਂ ਰਹੇ। ਇੱਕ ਡੇਰਾ ਹੋਰ ਵੀ ਹੈ ਜਿਸ ਤਰ੍ਹਾਂ ਕਿ ਜਿਹੜੇ ਆ ਨਾਮਧਾਰੀ ਕੋਕੇ ਨੇ, ਇਹਨਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਨੂੰ ਰੱਦ ਕਰਕੇ ਇਹਨਾਂ ਨੇ ਵੀ ਆਪਣਾ ਗੁਰੂ ਕੰਮ ਜਿਹੜਾ ਚਲਾ ਰਿਹਾ। ਸਤਿ ਸ਼੍ਰੀ ਅਕਾਲ ਦੋਸਤੋ, ਨਿਊਜ਼ ਓਨਲੀ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਪੰਜਾਬ ਦੇ ਵਿੱਚ ਇਸ ਵਕਤ ਲੋਕ ਸਭਾ ਚੋਣਾਂ ਦਾ ਮਾਹੌਲ ਗਰਮਾਇਆ ਹੋਇਆ, ਪਰ ਕੀ ਲੋਕਾਂ ਦੇ ਮਸਲੇ ਇਸ ਚੋਣ ਦਾ ਹਿੱਸਾ ਬਣ ਰਹੇ ਨੇ ਜਾਂ ਨਹੀਂ ਬਣ ਰਹੇ? ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਸਭ ਤੋਂ ਆਧਾਰ ਜਿਹੜਾ ਪੰਜਾਬ ਦਾ ਹੈਗਾ ਉਹ ਸਿੱਖੀ ਹੈਗਾ, ਸਿੱਖੀ ਸਾਇਕੀ ਹੈਗੀ ਹੈ। ਪਰ ਜਿਹੜਾ ਇੱਕ ਮਸਲਾ ਪਿਛਲੇ ਦਿਨਾਂ ਦੇ ਵਿੱਚ ਚਰਚਾ ਦੇ ਵਿੱਚ ਆਇਆ ਸੀ, ਉਸ ਵਿਸ਼ੇ ਨੂੰ ਮੈਨੂੰ ਨਹੀਂ ਲੱਗਦਾ ਕਿ ਕੋਈ ਧਿਰ ਵੀ ਇਸ ਵੇਲੇ ਚੱਕ ਰਹੀ ਹੈ ਕਿ ਜਿਸ ਤਰੀਕੇ ਨਾਲ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ, ਜਿਹੜੀਆਂ ਕਿਤਾਬਾਂ ਬੱਚਿਆਂ ਨੂੰ ਪੜ੍ਹਾਈਆਂ ਜਾ ਰਹੀਆਂ ਨੇ ਉਹਨਾਂ ਕਿਤਾਬਾਂ ਦੇ ਵਿੱਚ ਜਿਹੜਾ ਇਤਿਹਾਸ ਪੜ੍ਹਾਇਆ ਜਾ ਰਿਹਾ ਉਹਦੇ ਵਿੱਚ ਸਾਫ਼ ਤੌਰ 'ਤੇ ਸਿੱਖਾਂ ਦੇ ਇਤਿਹਾਸ ਨੂੰ ਇਸ ਤਰੀਕੇ ਨਾਲ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ, ਜਿਹਨੂੰ ਲੈ ਕੇ ਵੱਡੇ ਸ਼ੰਕੇ ਨੇ। ਪਿਛਲੇ ਦਿਨਾਂ ਦੇ ਵਿੱਚ ਬਲਦੇਵ ਸਿੰਘ ਸਿਰਸਾ ਨੇ ਆਵਾਜ਼ ਚੱਕੀ ਸੀ, ਪਰ ਉਹ ਮਸਲਾ ਕਿੱਥੇ ਖੜਿਆ ਕਿ ਕਿਸੇ ਸਿਆਸੀ ਧਿਰ ਨੇ ਆਣ ਕੇ ਇਹਨਾਂ ਦੇ ਨਾਲ ਗੱਲ ਕੀਤੀ ਵੀ ਹਾਂ ਤੁਹਾਡਾ ਮਸਲਾ ਵਾਜਬ ਹੈਗਾ, ਆਪਾਂ ਇਸ ਨੂੰ ਚੋਣ ਵਿਸ਼ਾ ਬਣਾਈਏ, ਚੋਣ ਮਨੋਰਥ ਪੱਤਰ ਦੇ ਵਿੱਚ ਵੀ ਸ਼ਾਮਿਲ ਕਰੀਏ ਕਿ ਇਸ ਵਿਸ਼ੇ 'ਤੇ ਗੰਭੀਰਤਾ ਦੇ ਨਾਲ ਗੱਲ ਹੋਣੀ ਚਾਹੀਦੀ ਹੈ। ਪੂਰੇ ਮਸਲੇ 'ਤੇ ਗੱਲਬਾਤ ਕਰ ਰਹੀ ਹਾਂ ਸਿਰਸਾ ਸਾਹਿਬ ਸਾਡੇ ਨਾਲ। ਸਿਰਸਾ ਸਾਹਿਬ, ਬੜਾ ਅਹਿਮ ਮੁੱਦਾ ਸੀਗਾ, ਤੁਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਬਾਹਰ ਬੈਠੇ ਰਹੇ, ਧਰਨਾ ਦਿੰਦੇ ਰਹੇ, ਭਰੋਸਾ ਮਿਲਿਆ ਉੱਥੋਂ ਗਏ, ਮਸਲੇ ਦਾ ਕੋਈ ਹੱਲ ਹੋਇਆ? ਕਿਸੇ ਚੋਣ ਅਧਿਕਾਰੀ ਨਾਲ ਗੱਲ ਹੋਈ ਜਾਂ ਕਿਸੇ ਪਾਰਟੀ ਦੇ ਆਗੂ ਨਾਲ ਗੱਲ ਹੋਈ ਵੀ ਹਾਂ ਤੁਹਾਡਾ ਵਿਸ਼ਾ ਸਹੀ ਸੀਗਾ, ਭਰੋਸਾ ਜਿਹੜਾ ਦਿੱਤਾ ਸੀ ਉਹ 'ਤੇ ਕੋਈ ਫੁੱਲ ਪਏ ਜਾਂ ਨਹੀਂ ਪਏ ਜਾਂ ਉੱਥੇ ਹੀ ਹੈ ਮਸਲਾ? ਦੇਖੋ, ਗੱਲ ਇਹ ਹੈ ਕਿ ਉਹ ਜਦੋਂ ਧਰਨਾ ਦਿੱਤਾ, ਆਪਾਂ 7 ਫਰਵਰੀ 2020 ਦੇ ਵਿੱਚ ਆਪਾਂ ਧਰਨਾ ਦਿੱਤਾ, ਕੀ ਉਹ ਸਿਆਸਤਦਾਨ ਜਿਹੜੇ ਉੱਥੇ ਲੋਕਲ ਖੜ੍ਹੇ ਹੋਏ ਨੇ, ਅੰਮ੍ਰਿਤਸਰ ਤੋਂ ਖੜ੍ਹੇ ਹੋਏ ਨੇ ਜਾਂ ਉੱਧਰਲੇ ਏਰੀਏ 'ਚ ਖੜ੍ਹੇ ਹੋਏ ਨੇ, ਉਹਨਾਂ ਦੇ ਧਿਆਨ 'ਚੋਂ ਮਸਲਾ ਹੈਗਾ? ਕਿਉਂਕਿ ਮੈਂ ਤਾਂ ਇਹ ਦੇਖ ਰਿਹਾ ਤਸਵੀਰਾਂ ਵੱਡੇ ਵੱਡੇ ਆਗੂ ਇਸ ਵੇਲੇ ਜਾ ਕੇ ਕਰਵਾ ਰਹੇ ਨੇ ਉਹਨਾਂ ਦੇ ਆਗੂਆਂ ਦੇ ਨਾਲ ਜਿਹੜੇ ਉੱਥੇ ਦੇ ਡੇਰੇ ਦੇ ਮੁਖੀ ਨੇ, ਉੱਥੇ ਜਾ ਕੇ ਭਾਜਪਾ ਦੇ ਵੱਡੇ ਆਗੂ ਪਹੁੰਚ ਰਹੇ ਨੇ, ਹੋਰ ਵੀ ਸਿਆਸਤਦਾਨ ਪਹੁੰਚ ਰਹੇ ਨੇ, ਤਸਵੀਰਾਂ ਮੀਡੀਆ 'ਚ ਵੀ ਆ ਰਹੀਆਂ, ਪਰ ਉਹ ਮਸਲਾ ਲੋਕਾਂ ਦਾ ਕਿੰਨੇ ਪਿੰਡਾਂ ਦਾ ਮਸਲਾ ਹੈਗਾ ਉੱਧਰ ਕੋਈ ਧਿਆਨ ਨਹੀਂ ਹੈਗਾ। ਤੁਸੀਂ ਗੱਲ ਕੀਤੀ ਹੈ ਵੀ ਉਹ ਅਕਵਾਇਰ ਕਰ ਰਹੇ ਨੇ, ਅਕਵਾਇਰ ਸਰਕਾਰ ਕਰ ਸਕਦੀ ਨਹੀਂ, ਅਕਵਾਇਰ ਨਹੀਂ, ਉਹ ਤਾਂ ਮਤਲਬ ਕਬਜ਼ਾ ਕਬਜ਼ਾ ਹੋ ਰਿਹਾ, ਨਜਾਇਜ਼ ਕਬਜ਼ਾ ਹੋ ਰਿਹਾ, ਦਰਿਆ ਦਾ ਕੁਦਰਤੀ ਵਹਾਅ ਬਦਲਿਆ ਜਾ ਰਿਹਾ। ਉਹਦੇ ਸੰਬੰਧ ਵਿੱਚ ਅੱਜ ਤੱਕ ਕਿਸੇ ਮਤਲਬ ਜਿਹੜਾ ਲੀਡਰ, ਹਾਂ ਇੱਕ ਧਰਮਵੀਰ ਗਾਂਧੀ ਹੈ ਜਿਹਨੇ ਕਿ ਉਸ ਟਾਈਮ ਦੇ ਉੱਤੇ ਇਹ ਇਸ਼ੂ ਜਿਹੜਾ ਪਾਰਲੀਮੈਂਟ ਵਿੱਚ ਚੁੱਕਿਆ ਸੀ ਜੀ, ਅਤੇ ਉਸ ਤੋਂ ਬਾਅਦ ਰਾਜਨਾਥ ਨਾਲ ਵੀ ਸਾਡੀ ਮੀਟਿੰਗ ਜਿਹੜੀ ਕਰਾਈ ਸੀ, ਇੱਕੋ ਬੰਦਾ ਅੱਜ ਤੱਕ ਮੈਂ ਵੇਖਿਆ ਜਿਸ ਬੰਦੇ ਨੇ ਇਹ ਇਸ਼ੂ ਉਠਾਇਆ ਸੀ, ਬਾਕੀ ਕਿਸੇ ਨੇ ਅੱਜ ਤੱਕ ਇਹ ਇਸ਼ੂ ਨਹੀਂ ਉਠਾਇਆ। ਅਤੇ ਅਸੀਂ ਹੁਣ ਵਿਚਾਰ ਕਰ ਰਹੇ ਹਾਂ ਵੀ ਜਿਹੜੇ ਪਾਰਲੀਮੈਂਟ ਦੀ ਇਲੈਕਸ਼ਨ ਲੜ ਰਹੇ ਨੇ, ਜਿਹੜਾ ਇਹ ਬਿਆਸ ਹਲਕਾ ਅੰਮ੍ਰਿਤਸਰ ਦਾ ਜਾਂ ਲੜ ਰਿਹਾ ਜਾਂ ਇੱਧਰ ਉਰਲੇ ਪਾਸੇ ਇਹਨਾਂ ਦਾ ਕਪੂਰਥਲੇ ਤੋਂ ਲੜ ਰਿਹਾ, ਵੀ ਉਹਨਾਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਪੁੱਛਿਆ ਜਾਵੇ
ਜਾਂ ਅਸੀਂ ਤੁਹਾਡੇ ਮੀਡੀਆ ਰਾਹੀਂ ਮੈਂ ਪੁੱਛ ਲੈਂਦਾ ਉਹਨਾਂ ਨੂੰ, ਤੁਹਾਡੇ ਚੈਨਲ ਤੋਂ ਮੈਂ ਉਹਨਾਂ ਨੂੰ ਪੁੱਛਦਾ ਵੀ ਇਹ ਜਿਹੜੇ ਤੁਸੀਂ ਕਹਿੰਦੇ ਹੋ ਵੀ ਅਸੀਂ ਲੋਕਾਂ ਦੀ ਸੇਵਾ ਕਰਾਂਗੇ, ਵੀ ਅਸੀਂ ਲੋਕਾਂ ਨੂੰ ਚੰਗਾ ਰਾਜ ਅਤੇ ਚੰਗਾ ਪ੍ਰਸ਼ਾਸਨ ਦੇਵਾਂਗੇ, ਅਤੇ ਕੀ ਆ ਡੇਰੇ ਵੱਲੋਂ ਜਿਹੜੀਆਂ ਜ਼ਮੀਨਾਂ ਲੋਕਾਂ ਦੀਆਂ ਜ਼ਬਰਦਸਤੀ ਕਬਜਾਈਆਂ ਜਾ ਰਹੀਆਂ ਨੇ ਔਰ ਦਰਿਆ ਦਾ ਕੁਦਰਤੀ ਵਹਾਅ ਬਦਲਿਆ ਜਾ ਰਿਹਾ, ਤਿੰਨ ਚਾਰ ਪਿੰਡ ਉਜਾੜ ਦਿੱਤੇ ਨੇ, ਮੰਡ ਪਤਾਲਾ ਚੱਕੋ ਕੀ ਢਿਲਵਾਂ, ਉਹਨਾਂ ਦੀਆਂ ਜਾ ਕੇ ਜ਼ਮੀਨਾਂ ਵੇਖੋ ਤੁਸੀਂ ਕਿਸ ਤਰ੍ਹਾਂ, ਔਰ ਜਿਵੇਂ ਵਹਾਅ ਬਦਲਦਾ ਹੈ ਜੇ ਇਸ ਵਾਰੀ ਕਿਤੇ ਫਲੱਡ ਆ ਗਿਆ ਤਾਂ ਫਿਰ ਤੁਸੀਂ ਇਹ ਵੇਖਣਾ ਕਿ ਜਿਹੜੇ ਇਹ ਤਿੰਨ ਚਾਰ ਪਿੰਡ ਰਹੇ ਤਾਂ ਬਿਲਕੁਲ ਨਹੀਂ ਰਹਿਣੇ, ਔਰ ਉਸ ਤੋਂ ਬਾਅਦ ਇਹ ਜਿਹੜੀ ਮਿੱਟੀ ਆ ਇਹ ਖੁਰਕੇ ਜਿਹੜਾ ਮੇਨ ਹਾਈਵੇ ਰੋਡ ਹੈ ਜਲੰਧਰ ਅੰਮ੍ਰਿਤਸਰ, ਇੱਥੇ ਜਿਹੜਾ ਬਿਆਸ ਪੁਲ ਬਣਿਆ ਉਸ ਪੁਲ ਤੋਂ ਅੱਗੇ ਜਾ ਕੇ ਦਰਿਆ ਦੇ ਵਿੱਚ ਜੰਮਦੀ ਆ, ਔਰ ਉਹ ਜੰਮਣ ਤੋਂ ਬਾਅਦ ਫਿਰ ਜਦੋਂ ਪਾਣੀ ਆਉਂਦਾ ਫਲੱਡ ਦਾ ਅਤੇ ਉਹ ਦੋਵੇਂ ਪਾਸੇ ਓਵਰਫਲੋ ਹੋ ਕੇ ਅਤੇ ਉਹ ਪਾਣੀ ਜਿਹੜਾ ਤਰਨ ਤਾਰਨ ਅਤੇ ਕਪੂਰਥਲੇ ਦੀਆਂ ਇਲਾਕੇ ਨੂੰ ਮਾਰਦਾ, ਸੋ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਕਹਾਣ ਹੋ ਰਿਹਾ। ਅਤੇ ਇਸੇ ਤਰ੍ਹਾਂ ਹੀ ਇੱਕ ਡੇਰਾ ਹੋਰ ਵੀ ਹੈ ਜਿਸ ਤਰ੍ਹਾਂ ਕਿ ਜਿਹੜੀਆਂ ਨਾਮਧਾਰੀ ਕੂਕੇ ਨੇ, ਇਹਨਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਨੂੰ ਰੱਦ ਕਰਕੇ ਇਹਨਾਂ ਨੇ ਵੀ ਆਪਣਾ ਗੁਰੂ ਡੰਮ ਜਿਹੜਾ ਚਲਾ ਰਿਹਾ, ਇਹ 'ਤੇ ਵੀ ਸਾਡਾ ਜਿਹੜਾ ਉਹ ਕੇਸ ਜਿਹੜਾ ਉਹ ਕੀਤਾ ਹੋਇਆ ਚੱਲ ਰਿਹਾ। ਪਰ ਇਹਨਾਂ ਮੁੱਦਿਆਂ ਦੇ ਉੱਤੇ ਕੋਈ ਵੀ ਰਾਜਨੀਤਿਕ ਬੰਦੇ ਦੇ ਕਿਸੇ ਨੇ ਜਿਹੜੇ ਆਪਣੇ ਆਪ ਨੂੰ ਅਕਾਲੀ ਘੋਂਦੇ ਨੇ ਇਹਨਾਂ ਨੇ ਕੀ ਬੋਲਣਾ ਹੈ। ਸ਼੍ਰੋਮਣੀ ਕਮੇਟੀ ਜਿਹੜੀ ਆ ਬਾਦਲਾਂ ਦੇ ਮਤਲਬ ਕਿ ਜਿਹੜੀ ਆ ਇੱਕ ਉਹਨਾਂ ਦੇ ਕਬਜ਼ੇ 'ਚ ਹੈ, ਇਹਨਾਂ ਨੇ ਤਾਂ ਕੀ ਬੋਲਣਾ ਹੈ। ਆਮ ਜਿਹੜੀਆਂ ਸੰਸਥਾਵਾਂ ਨੇ ਨਾ ਉਹ ਵੀ ਨਹੀਂ ਬੋਲ ਰਹੀਆਂ, ਪਤਾ ਨਹੀਂ ਕਾਰਨ। ਬਹੁਤ ਸ਼ੁਕਰੀਆ। ਤਾਂ ਇਹ ਬੜਾ ਅਹਿਮ ਵਿਸ਼ਾ ਸੀ, ਬਲਦੇਵ ਸਿੰਘ ਸਿਰਸਾ ਹੋਣਾ ਨਾਲ ਇਸ ਵਿਸ਼ੇ ਬਾਰੇ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਨਜ਼ਰੀਏ ਨਾਲ ਇਸ ਵਿਸ਼ੇ ਨੂੰ ਸਮਝ ਰਹੇ ਨੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਆਵਾਜ਼ ਚੱਕੀ ਪਰ ਉਸ ਦਾ ਕੋਈ ਅਸਰ ਉਸ ਤਰੀਕੇ ਨਾਲ ਨਹੀਂ ਹੋਇਆ। ਫਿਲਹਾਲ ਦੇਖਣਾ ਹੋਵੇਗਾ ਕਿ ਇਸ ਮਸਲੇ ਨੂੰ ਕੀ ਇਸ ਵਾਰ ਦਾ ਚੋਣ ਵਿਸ਼ਾ ਬਣਾਇਆ ਜਾਂਦਾ ਹੈ ਜਾਂ ਨਹੀਂ ਬਣਾਇਆ ਜਾਂਦਾ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕਮੈਂਟ ਆਪਣੀਆਂ ਟਿੱਪਣੀਆਂ ਜ਼ਰੂਰ ਸਾਂਝਾ ਕਰੋ। ਸਹਿਯੋਗੀ ਅਮਿਤ ਨਾਲ ਹਰਦੀਪ ਸਿੰਘ ਭੋਗਲ, ਨਿਊਜ਼ ਓਨਲੀ, ਚੰਡੀਗੜ੍ਹ।